ਹਾਂਜੀ ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦਾ ਸਾਰੇ ਜਣੇ ਚੜ੍ਹਦੀ ਕਲਾ 'ਚ ਹੋਗੇ, ਤੰਦਰੁਸਤ ਹੋਗੇ ਅਤੇ ਬਹੁਤ ਜ਼ਿਆਦਾ ਖੁਸ਼ ਹੋਗੇ ਅਤੇ ਇਤਿਹਾਸ ਦੇ ਵਾਧਰੂ। ਅੱਜ ਦੀ ਵੀਡੀਓ ਦਾ ਟੌਪਿਕ ਤੁਸੀਂ ਦੇਖ ਲਿਆ, ਕੈਨੇਡਾ ਏਅਰਪੋਰਟ ਡਿਪੋਰਟ ਪ੍ਰੋਬਲਮ। ਸੋ ਪਹਿਲੀ ਗੱਲ ਤਾਂ ਡਰਨ ਦੀ ਕੋਈ ਲੋੜ ਨਹੀਂ ਹੈਗੀ। ਦੇਖੋ, ਸੋ ਜਿਹੜਾ ਇਹ ਡਿਪੋਰਟ ਵਾਲਾ ਸਿਸਟਮ ਹੈ, ਸੋ ਇਹ ਚੱਲਦਾ ਹੀ ਰਹਿੰਦਾ। ਇਹ ਨਹੀਂ ਹੈਗਾ ਵੀ ਇਹ 5 ਮਹੀਨੇ ਬਾਅਦ ਆਉਂਦਾ ਹੈ, 6 ਮਹੀਨੇ ਬਾਅਦ, ਇਹਦੀ ਕੋਈ ਟਾਈਮ ਲਾਈਨ ਨਹੀਂ ਹੁੰਦੀ। ਜਿਹੜੇ ਸਟੂਡੈਂਟ ਦੇ 'ਚ ਕੋਈ ਗੜਬੜ ਹੁੰਦੀ ਹੈ ਜਾਂ ਟੂਰਿਸਟ ਵਿਜ਼ਿਟਰ ਬੰਦੇ 'ਚ ਕੋਈ ਗੜਬੜ ਹੁੰਦੀ ਹੈ, ਚਾਹੇ ਕੋਈ ਵਰਕ ਵੀਜ਼ੇ 'ਚ ਗੜਬੜ ਹੁੰਦੀ ਹੈ, ਚਾਹੇ ਜਾਂ ਏਜੰਟ ਦੇ ਡਾਕੂਮੈਂਟੇਸ਼ਨ 'ਚ ਗੜਬੜ ਹੁੰਦੀ ਹੈ, ਉਹ ਬੰਦਾ ਡਿਪੋਰਟ ਹੋ ਜਾਂਦਾ ਜੀ। ਸੋ ਤੁਸੀਂ ਕਿਸ ਤਰੀਕੇ ਨਾਲ ਇਹਨਾਂ ਤੋਂ ਬਚ ਸਕਦੇ ਹੋ ਜਾਂ ਆਪਣੇ ਭੈਣ ਭਰਾਵਾਂ ਨੂੰ ਕਿੱਦਾਂ ਬਚਾ ਸਕਦੇ ਹੋ, ਸ਼ੁਰੂ ਤੋਂ ਲੈ ਕੇ ਤੱਕ ਵੀਡੀਓ ਦੇਖਿਓ ਐਂਡ ਹਿੱਟ ਦਾ ਬੈਲ ਲਾਈਕਨ, ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਜਦੋਂ ਮੈਂ ਕੋਈ ਵੀ ਵੀਡੀਓ ਅਪਲੋਡ ਕਰਾਂ ਯੂ ਵਿਲ ਗੈਟ ਨੋਟੀਫਿਕੇਸ਼ਨ। ਸੋ ਸਭ ਤੋਂ ਪਹਿਲਾਂ ਕੀ ਹੈ, ਤੁਸੀਂ ਜਦੋਂ ਕੈਨੇਡਾ ਦਾ ਆਪਾਂ ਹੁਣ ਇੱਥੇ ਟੂਰਿਸਟ ਦੇ ਵਿਜ਼ਿਟਰ ਦੀ ਗੱਲ ਕਰਾਂਗੇ, ਸੋ ਇਹੀ ਇੱਕ ਟ੍ਰੈਂਡਿੰਗ ਟੋਪਿਕ ਚੱਲ ਰਿਹਾ, ਬਹੁਤ ਬੱਚਿਆਂ ਦੀ ਡਿਮਾਂਡ ਵੀ ਸੀ ਸਰ ਇਸ 'ਤੇ ਥੋੜ੍ਹਾ ਜਿਹਾ ਇਲੈਬੋਰੇਟ ਕਰਕੇ ਵੀਡੀਓ ਬਣਾਓ। ਬਾਕੀ ਜੋ ਤੁਹਾਡੇ ਕੁਐਸਚਨ ਹੁੰਦੇ ਨੇ ਉਹਨਾਂ 'ਤੇ ਨਾਲ ਦੀ ਨਾਲ ਕੀ ਹੈ ਵੈਰੀ ਕੁਇਕ ਟਾਈਮ ਦੇ ਵਿੱਚ ਤੁਹਾਨੂੰ ਸ਼ਾਰਟਸ ਦੇ ਵਿੱਚ ਤੁਹਾਨੂੰ ਜਵਾਬ ਮਿਲ ਰਿਹਾ, ਤੁਸੀਂ ਹੁਣ ਸਕਰੀਨਸ਼ੋਟ ਦੇਖ ਵੀ ਰਹੋਗੇ ਸਕਰੀਨ 'ਤੇ। ਔਰ ਅਗਰ ਤੁਹਾਡਾ ਕੋਈ ਡਿਫੀਕਲਟ ਜਿਹਾ ਹੁੰਦਾ ਤਾਂ ਮੈਂ ਉਸਨੂੰ ਕਮੈਂਟ ਦੇ ਨਾਲ ਇੱਕ ਵੀਡੀਓ ਵੀ ਤੁਹਾਨੂੰ ਬਣਾ ਦੇਣਾ ਤਾਂ ਕਿ ਉਹ ਕੁਐਸਚਨ ਇਕੱਲੇ ਦਾ ਨਹੀਂ, ਅਗਰ ਕਈਆਂ ਦਾ ਹੋਵੇ ਤਾਂ ਉਹਨਾਂ ਦਾ ਜਿਹੜਾ ਜਵਾਬ ਮਿਲ ਜਾਵੇ ਉਹ ਕਲੀਅਰ ਹੋ ਸਕੇ, ਰਾਈਟ। ਸੋ ਡਾਕੂਮੈਂਟੇਸ਼ਨ ਜੈਨੂਨ ਹੋਣੀ ਚਾਹੀਦੀ ਹੈ। ਸੋ ਆਪਾਂ ਪਹਿਲਾਂ ਗੱਲ ਕਰੀਏ ਕੈਨੇਡਾ ਦੇ ਵਿੱਚ ਟੂਰਿਸਟ ਵੀਜ਼ਾ, ਵਿਜ਼ਟਰ ਵੀਜ਼ਾ, ਚਾਹੇ ਵਿਜ਼ਟਰ ਵੀਜ਼ਾ ਦੀ ਕੈਟੇਗਰੀ ਰਾਜ ਟੂਰਿਸਟ ਹੀ ਹੈ। ਟੂਰਿਸਟ ਅਤੇ ਵਿਜ਼ਟਰ 'ਚ ਆਪਾਂ ਡਿਫਰੈਂਸ ਸਮਝਦੇ ਜਲਦੀ, ਇਹਦੇ ਟੂਰਿਸਟ ਹੋਗਾ ਟੂਰਿਜ਼ਮ ਪਰਪਸ, ਆਪਾਂ ਘੁੰਮਣ ਫਿਰਨ ਜਾ ਰਹੇ, ਕੋਈ ਮੈਚ ਵਗੈਰਾ ਦੇਖਣ ਜਾ ਰਹੇ, ਰਾਈਟ, ਗੱਲ ਖਤਮ। ਦੂਜਾ ਕਿ ਵਿਜ਼ਟਰ, ਆਪਾਂ ਵਿਜ਼ਿਟ ਕਰਨ ਜਾ ਰਹੇ, ਆਪਾਂ ਸਪੈਸ਼ਲ ਜਾ ਰਹੇ, ਤੁਰਦੇ ਫਿਰਦੇ ਨਹੀਂ ਜਾਣਾ ਕਿਤੇ, ਵਿਜ਼ਿਟਿੰਗ 'ਤੇ ਜਾ ਰਹੇ, ਆਪਾਂ ਸਪੈਸ਼ਲ ਹੀ ਜਾ ਰਹੇ, ਕਿਸੇ ਆਪਣੇ ਭੈਣ ਭਰਾ ਕੋਲ ਜਾ ਰਿਹਾ, ਮਦਰ ਫਾਦਰ ਕੋਲ ਜਾ ਰਹੇ, ਆਪਾਂ ਕੋਈ ਵਿਆਹ ਹੈ ਮੰਗਣਾ, ਕੋਈ ਬੇਬੀ ਸ਼ਾਵਰ ਹੈ, ਰਾਈਟ, ਕਿਸੇ ਦੀ ਐਨਵਰਸਰੀ ਜਾਂ ਕੋਈ ਵੀ ਇਵੈਂਟ ਹੈ, ਤੁਸੀਂ ਇਵੈਂਟ ਨੂੰ ਸਪੈਸ਼ਲੀ ਜਾ ਰਹੇ ਹੋ ਤਾਂ ਉਹਦਾ ਇੱਕ ਟਾਈਮ ਪੀਰੀਅਡ ਹੁੰਦਾ, ਰਾਈਟ। 12 ਤੋਂ 15 ਦਿਨਾਂ ਦੇ ਵਿੱਚ ਅਗਰ ਤੁਸੀਂ ਆਪਣੇ ਭੈਣ ਭਰਾ ਕੋਲ ਜਾ ਰਹੇ ਹੋ, ਉਹ ਤੁਹਾਨੂੰ ਕਮਾਉਣਗੇ, ਰਾਈਟ। ਅਗਰ ਫਾਦਰ ਮਦਰ ਨੇ ਤਾਂ ਉਹਨਾਂ ਦੇ ਇੱਕ ਟਾਈਮ ਪਲਾਨ ਹੁੰਦਾ ਵੀ ਅਸੀਂ ਕੈਨੇਡਾ 'ਚ ਇਹ ਜਗ੍ਹਾ ਦੇਖਾਂਗੇ, ਇੱਥੇ ਉੱਥੇ ਪਹਾੜੀ ਏਰੀਆ ਦੇਖਾਂਗੇ ਜਾਂ ਵਟ ਐਵਰ ਕੁਛ ਵੀ ਹੈ, ਉਹ ਚੀਜ਼ਾਂ ਨੇ ਇੱਕ ਟਾਈਮ ਫਰੇਮ ਹੁੰਦਾ ਤੁਹਾਡੇ ਡਾਕੂਮੈਂਟੇਸ਼ਨ ਦੇ ਵਿੱਚ, ਇਨਵੀਟੇਸ਼ਨ ਦੇ ਵਿੱਚ, ਉਹ ਇਨਵਾਈਟ ਕਰਦੇ ਨੇ ਕਿ ਸਾਡਾ ਇਹ ਰੀਜ਼ਨ ਹੈ, ਇਹ ਇਵੈਂਟ ਹੈ, ਅਸੀਂ ਘੁੰਮਣਾ ਫਿਰਨਾ, ਜਾਂ ਸਾਡੇ ਇਹ ਲੇਡੀ ਸੰਗੀਤ ਹੈ, ਇਹ ਮੰਗਣੀ ਹੈ, ਇਹ ਸਾਡਾ ਵਿਆਹ ਹੈ, ਜਾਂ ਜੋ ਵੀ ਰੀਜ਼ਨ ਹੈ, ਰਾਈਟ। ਤਾਂ ਪਹਿਲੀ ਗੱਲ ਤਾਂ ਰਿਟਰਨ ਟਿਕਟ ਤੁਹਾਡੀ ਹੋਣੀ ਚਾਹੀਦੀ ਹੈ। ਆਪਾਂ ਸਿਰਫ 1-ਵੇ ਟਿਕਟ ਲੈਂਦੇ ਹਾਂ, ਇਹ ਵਿਜ਼ਟਰ ਦੀ ਗੱਲ ਕਰ ਰਹੇ, ਟੂਰਿਸਟ ਬਾਰੇ ਥੋੜ੍ਹਾ ਜਿਹਾ ਮੈਂ 2 ਮਿੰਟ ਬਾਅਦ ਦੱਸੂੰਗਾ, ਪਹਿਲਾਂ ਤੁਸੀਂ ਇਹਨੂੰ ਸਮਝ ਲਓ। ਜਿਹੜੇ ਬੱਚੇ ਇੱਥੇ ਪੜ੍ਹ ਰਹੇ ਨੇ ਜਾਂ ਕੋਈ ਜੋਬ 'ਤੇ ਨੇ, ਮਦਰ ਫਾਦਰ ਉਹ NOC ਲੈ ਲੈਂਦੇ ਨੇ ਵੀ ਮੈਨੂੰ 20 ਦਿਨਾਂ ਦੀ ਜਾਂ 25 ਦਿਨਾਂ ਦੀ ਛੁੱਟੀ ਮਿਲ ਜਾਵੇ ਵੀ ਮੈਂ ਜਾ ਰਿਹਾ। ਉਹ ਡਾਕੂਮੈਂਟੇਸ਼ਨ ਦੇ ਵਿੱਚ ਤੁਹਾਡਾ ਜਿਹੜਾ ਟਾਈਮ ਫਰੇਮ ਹੁੰਦਾ ਉਹ 12 ਦਿਨ ਦਾ ਹੁੰਦਾ ਜਾਂ 15 ਦਿਨ ਦਾ ਹੁੰਦਾ, ਅਤੇ ਤੁਸੀਂ ਰਿਟਰਨ ਟਿਕਟ ਪਹਿਲੀ ਗੱਲ ਤਾਂ ਲੈਂਦੇ ਨਹੀਂ। ਜਿਹੜੇ ਨਹੀਂ ਲੈਂਦੇ, ਬਹੁਤ ਉਹਨਾਂ ਦਾ ਵੀਕ ਪੁਆਇੰਟ ਹੈ, ਡਿਪੋਰਟ ਹੋਣ ਦਾ ਸਿੱਧਾ ਸਿੱਧਾ ਖਤਰਾ ਉਹਨਾਂ ਨੂੰ। ਇਹ ਨਹੀਂ ਕਹਿ ਸਕਦੇ ਵੀ ਹਾਂਜੀ ਉੱਥੇ ਜਾ ਕੇ ਮੁੜਾਂਗੇ, ਮਤਲਬ CBSA ਬਾਰਡਰ ਸਕਿਉਰਟੀ ਨੂੰ ਤਾਂ ਇਹ ਹੈ ਵੀ ਭਾਈ ਇਹਨਾਂ ਦਾ ਵਾਪਸ ਆਉਣਾ ਹੀ ਨਹੀਂ ਹੈਗਾ। ਹੋਮ ਕੰਟਰੀ 'ਚ ਆਉਂਗੇ ਕਿੱਦਾਂ, ਰੀਜ਼ਨ ਬਹੁਤ ਨੇ, ਤੁਹਾਡੇ ਫਾਈਨੈਂਸ਼ੀਅਲ ਨੇ, ਤੁਹਾਡੇ ਮਦਰ ਫਾਦਰ ਨੇ, ਅਗਰ ਤੁਸੀਂ ਮਦਰ ਫਾਦਰ ਤਾਂ ਤੁਹਾਡੇ ਬੱਚੇ ਇੱਥੇ ਨੇ, 1-2 ਕੋਲ ਤੁਸੀਂ ਬਾਹਰ ਜਾ ਰਹੇ ਹੋ, ਬਾਕੀ ਪਰਿਵਾਰ ਹੋ ਰਿਹਾ, ਬਜ਼ੁਰਗ ਨੇ, ਗ੍ਰੈਂਡ ਫਾਦਰ ਮਦਰ ਨੇ, ਰਾਈਟ। ਸੋ ਓਲਡ ਏਜ ਨੇ, ਉਹਨਾਂ ਦੀ ਟੇਕ ਕੇਅਰ ਕਰਨੀ। ਗੱਲ ਇਹ ਹੈ 20 ਦਿਨਾਂ ਦਾ ਤੁਹਾਡਾ ਟਾਈਮ ਫਰੇਮ ਹੁੰਦਾ, ਫੋਰ ਐਗਜ਼ਾਮਪਲ, ਅਤੇ ਤੁਸੀਂ ਟਿਕਟ ਲੈ ਲੈਣ 40 ਦਿਨਾਂ ਦੀ 45 ਦਿਨਾਂ ਦੀ, 3-4 ਦਿਨ 4-5 ਦਿਨ ਅੱਗੇ ਪਿੱਛੇ ਹੋ ਸਕਦਾ, ਬਟ ਇੱਦਾਂ ਨਹੀਂ ਵੀ ਤੁਸੀਂ 15 ਦਿਨ ਦਾ ਟਾਈਮ ਫਰੇਮ ਦੱਸ ਰਹੇ ਹੋ ਤਾਂ ਤੁਸੀਂ 30 ਦਿਨ 40 ਦਿਨ ਜਾਂ 50 ਦਿਨ, 15 ਦਿਨ ਦਾ ਤਾਂ 20 ਦਿਨ 22 ਦਿਨ ਤੁਸੀਂ ਉੱਥੇ ਹੀ ਰਿਟਰਨ ਟਿਕਟ ਲਓ। ਬਾਕੀ ਉੱਥੇ ਜਾ ਕੇ ਤੁਸੀਂ ਰਿਟਰਨ ਟਿਕਟ ਤੁਸੀਂ ਵੈਨਿਸ ਕਰਕੇ ਡਿਸਕਾਰਡ ਕਰ ਦਿੰਦੇ ਹੋ, ਚੇਂਜੇਬਲ ਲੈ ਲੈਂਦੇ ਹੋ, ਠੀਕ ਹੈ, ਰਿਫੰਡੇਬਲ ਲੈ ਲੈਂਦੇ ਹੋ, ਇਟਸ ਅਪ ਟੂ ਯੂ। ਉਸ 'ਤੇ ਮੈਂ ਨਹੀਂ ਕਹਿੰਦਾ ਵੀ ਤੁਸੀਂ ਵਾਪਸ ਆਓਗੇ ਨਹੀਂ ਆਉਂਗੇ, ਜਿਹੜੀ ਸਖਤਾਈ ਹੈ ਇਹਨਾਂ ਕਰਕੇ ਹੋ ਰਹੀ ਹੈ ਜੀ। ਦੂਜੀ, ਜਿਹੜਾ ਹਾਲੇ ਵਿਸਤਰ ਹੈ ਆਪਾਂ ਮਦਰ ਕਿੱਟ ਕਹਿ ਦਿੰਦੇ ਹਾਂ, ਠੀਕ ਹੈ, ਮਦਰ ਕਿੱਟ ਅਸੀਂ ਵੀ ਕਰਦੇ ਹਾਂ, ਉਹਦੇ ਵਿੱਚ ਇਹ ਹੁੰਦਾ ਆਮ ਤੌਰ 'ਤੇ ਕਈ ਏਜੰਟਸ ਕੀ ਹੈ ਇੱਕ ਸਪੋਂਸਰ ਦੇ ਬੇਸ 'ਤੇ ਹੀ 5-5, 6-6 ਕਲਾਇੰਟ ਨੂੰ ਕਰਦੇ ਹਾਂ, ਆਪਾਂ ਇੱਦਾਂ ਦਾ ਨਹੀਂ ਕਰਦੇ, ਠੀਕ ਹੈ। ਤੋ ਬਾਬੇ ਦੀ ਕਿਰਪਾ ਨਾਲ ਬਥੇਰਾ ਨਾਮ ਬਣਿਆ ਹੋਇਆ, ਤੁਹਾਡੇ ਪ੍ਰੇਮ ਪੈਰ ਸਦਕੇ ਤਾਂ ਬਹੁਤ ਚੀਜ਼ਾਂ ਨੂੰ ਤਿਆਰ ਬਰ ਤਿਆਰ ਹੋ ਕੇ ਚੱਲਦੇ ਹਾਂ ਵੀ ਸਹੀ ਤਰੀਕੇ ਨਾਲ ਚੱਲਦੇ ਹਾਂ, ਪਰ ਵੀ ਕਿਤੇ ਕੋਈ ਗੜਬੜ ਨਾ ਹੋ ਜਾਵੇ, ਰਾਈਟ, ਹਸਾਏ ਦਾ ਨਹੀਂ ਰਵਾਈ ਦਾ ਨਾਂ ਨਾ ਹੋ ਜਾਵੇ, ਗੱਲ ਇਹ ਹੈ। ਤਾਂ ਜਿਹੜੇ ਵੀ ਤੁਸੀਂ ਉਹਦੇ ਕੋਲ ਜਾਣਾ, ਵਿਸਤਰ ਕੋਲ ਜਾਣਾ, ਭੈਣ ਭਰਾ ਕੋਲ ਜਾਣਾ, ਜਿਹਦੇ ਕੋਲ
ਅਗਰ ਤੁਹਾਡੇ ਕੋਲ ਆਪਣੇ ਸਪੋਂਸਰ ਰਾਈਟ, ਅਗਰ ਤੁਹਾਡੇ ਏਜੰਟ ਤੁਹਾਨੂੰ ਸਪੋਂਸਰ ਕਰ ਰਿਹਾ ਤਾਂ ਉਹ ਚੀਜ਼ ਏਜੰਟ ਨਾਲ ਗੱਲ ਕਰ ਲਓ ਵੀ ਭਾਈ ਇਹ ਸਪੋਂਸਰ ਜੈਨੂਅਨ ਹੋਣੀ ਚਾਹੀਦੀ ਹੈ, ਜੈਨੂਅਨ ਸਪੋਂਸਰ ਨੂੰ ਪਤਾ ਹੋਵੇ। ਇਹ ਨਹੀਂ ਵੀ ਸਪੋਂਸਰ ਨੇ ਤਾਂ ਬੁਲਾਇਆ ਇੱਕ ਜਣੇ ਨੂੰ ਤਾਂ ਉਹ ਸਪੋਂਸਰ ਦੇ ਚੱਕਰ 'ਚ ਏਜੰਟ ਨੇ 4-5 ਬੰਦੇ ਨੂੰ ਹੋਰ ਭੇਜਤਾ। ਅਗਰ ਉੱਥੇ ਬਾਰਡਰ ਸਿਕਿਉਰਿਟੀ ਦੇ ਚੈੱਕਿੰਗ ਹੁੰਦੀ ਹੈ, ਅਗਰ ਉਹਨਾਂ ਨੂੰ ਕਾਲ ਕਰਦਾ ਵੀ ਇਹ ਤੁਹਾਡਾ ਕਲਾਇੰਟ ਹੈਗਾ, ਤੁਹਾਡਾ ਭੈਣ ਭਰਾ ਹੈਗਾ, ਤੁਸੀਂ ਪਟਰਨਲ ਜਾਂ ਮਟਰਨਲ ਜਾ ਰਿਹਾ ਤੁਹਾਡੇ ਕੋਲ, ਅਗਰ ਉਹਨਾਂ ਨੇ ਇਗਨੋਰ ਕਰਤਾ ਤਾਂ ਸਿੱਧਾ ਡਿਪੋਰਟ ਹੈ। ਅਤੇ ਕੁਝ ਬੰਦੇ ਉੱਥੇ ਅਜ਼ਾਇਲਮ ਵੀ ਪਾਉਂਦੇ ਨੇ, ਜਿਹਨਾਂ ਕਰਕੇ ਸਖਤਾਈ ਸਹੀ ਬੰਦੇ ਨੂੰ ਭੁਗਤਣਾ ਪੈਂਦਾ ਜਦੋਂ ਕਿ ਗਲਤ ਬੰਦਾ ਗੜਬੜਾ ਜਾਂਦੇ ਆ, ਚਾਹੇ ਉਹ ਸਟੂਡੈਂਟ ਹੈ, ਚਾਹੇ ਵਿਜ਼ਟਰ ਕੈਟੇਗਰੀ ਹੈ, ਚਾਹੇ ਟੂਰਿਸਟ ਹੈ, ਚਾਹੇ ਉਹ ਇੱਕ ਲਗਾ ਲਈ ਆਪਾਂ ਏਜੰਟ ਦੀ ਗਲਤੀ ਲਾ ਲਓ। ਏਜੰਟ ਅਗਰ ਡਾਕੂਮੈਂਟੇਸ਼ਨ ਸਹੀ ਰੱਖਦੇ ਏਜੰਟ ਨਾਲ ਗੱਲ ਕਹਿ ਕੇ ਚਲੋ ਵੀ ਜਿਹੜੇ ਤੁਸੀਂ ਟੂਰਿਸਟ 'ਤੇ ਜਾਂਦੇ ਨੇ, ਜਿਹੜੇ ਘੁੰਮਣ ਫਿਰਨ ਜਾਂਦੇ ਨੇ, ਰਾਈਟ, ਉੱਥੋਂ ਦੀ ਜਿਹੜੀ ਟਿਕਟ ਹੈ, ਇੱਕ ਹੁਣ ਹਾਲੇ ਇੱਕ ਬੱਚੇ ਦਾ ਸਵਾਲ 'ਤੇ ਗੱਲ ਹੋਈ ਸੀ ਬੱਚੇ ਨਾਲ ਫੋਨ 'ਤੇ, ਬਟ ਆਪਾਂ ਨਾਮ ਡਿਸਕਲੋਜ਼ ਨਹੀਂ ਕਰਾਂਗੇ ਹਾਲੇ ਤੱਕ, ਉਹਨਾਂ ਦੀ ਪ੍ਰੋਬਲਮ ਚੱਲ ਰਹੀ, ਉਹਨਾਂ ਦੇ ਏਜੰਟ ਨੇ ਕੀ ਕਰਿਆ, ਵੀਜ਼ਾ ਲੈ ਕੇ ਦੇਤਾ ਜੀ ਟੂਰਿਸਟ ਦਾ, ਦਿੱਲੀ ਏਅਰਪੋਰਟ ਦੀ ਵਾਪਸ ਕਰਦਾ, ਕਹਿੰਦੇ ਜਿਹੜੀ ਤੁਹਾਡੀ ਟੂਰਿਸਟ ਟਿਕਟਾਂ ਨੇ ਉਹ ਡੰਮੀ ਨੇ। ਡੰਮੀ ਕੀ ਹੁੰਦੀਆਂ ਨੇ, ਜਿਵੇਂ ਫੋਰ ਐਗਜ਼ਾਮਪਲ ਪੰਜਾਬੀ ਤੁਹਾਨੂੰ ਮੈਂ ਦੱਸ ਰਿਹਾ, ਸਪੋਜ਼ ਤੁਹਾਡੀ ਟਿਕਟ ਦਾ ਰੇਟ 20,000 ਹੈ, ਹੁਣ ਏਜੰਟ ਕਹਿੰਦਾ ਯਾਰ ਵੀ ਮੈਂ ਰਿਸਕ ਲਵਾਂ, ਮੈਂ 2,000 ਦੀ ਡੋਮੈਟਿਕ ਟਿਕਟ ਕਰਾ ਲਾਂ, ਅਗਰ ਵੀਜ਼ਾ ਹੋਊਗਾ ਮੈਂ ਬਾਕੀ ਦਾ 18 ਦੇ ਕੇ 20,000 ਦੀ ਸੀਟ ਕਨਫਰਮ ਕਰ ਦੂੰਗਾ। ਉੱਥੇ ਏਜੰਟ ਨੇ ਇਹ ਚੀਜ਼ ਨਹੀਂ ਕਰੀ, ਵੀਜ਼ਾ ਆ ਗਿਆ, ਵੀਜ਼ੇ ਤੋਂ ਬਾਅਦ 18 ਨਹੀਂ ਦਿੱਤਾ, ਜਿਸ ਕਰਕੇ ਮਾਂ ਪੁੱਤ ਨੂੰ ਵਾਪਸ ਆਉਣਾ ਪਿਆ ਜੀ ਉੱਥੋਂ। ਹੁਣ ਉਹ ਸੋਚ ਰਹੇ ਨੇ ਅਸੀਂ ਏਜੰਟ ਚੇਂਜ ਕਰੀ, ਏਜੰਟ ਚੇਂਜ ਨਹੀਂ ਕਰਨਾ, ਉਹੀ ਏਜੰਟ ਹੀ ਤੁਹਾਨੂੰ ਸਹੀ ਸਲਾਹ ਦਊਗਾ। ਤਾਂ ਆਪਦੇ ਏਜੰਟ ਨਾਲ ਗੱਲ ਕਰੋ ਵੀ ਅਗਰ ਕੋਈ ਡੰਮੀ ਟਿਕਟ ਦਾ ਹੈਗਾ, ਇੱਥੇ ਆਪਾਂ 10-15,000 ਦੇ ਜਿਹੜਾ ਆਪਾਂ ਕੰਜੂਸੀ ਕਰ ਜਾਂਦੇ ਨਾ, ਆਪਾਂ ਨੂੰ ਭੁਗਤਣਾ ਪੈਂਦਾ, ਕਰਦਾ ਇੱਕ ਹੈ ਭਰਦੇ ਸਾਰੇ ਨੇ, ਤਾਂ ਬਾਕੀ ਸਾਰੇ ਏਜੰਟ ਨੂੰ ਪ੍ਰੋਬਲਮ ਆਉਂਦੇ। ਤਾਂ ਮੈਂ ਇਹ ਚਾਹੁੰਦਾ ਵੀ ਏਜੰਟ ਵੀ ਸਹੀ ਦੇ ਕੇ ਕੰਮ ਕਰਨ, ਹਾਲਾਂਕਿ ਉਹ ਮੇਰੇ ਹੱਥ 'ਚ ਨਹੀਂ ਹੈਗਾ, ਮੇਰੇ ਹੱਥ 'ਚ ਹੈਗੀ ਹੈ ਕਿ ਮੈਂ ਅਵੇਅਰਨੈਸ ਕਰਾਂ ਬੱਚਿਆਂ ਦੀ, ਤਾਂ ਕਿ ਬੱਚੇ ਅਵੇਅਰ ਹੋਣ, ਉਹਨਾਂ ਦੇ ਭੈਣ ਭਰਾ ਅਵੇਅਰ ਹੋਣ ਵੀ ਜਿਹੜਾ ਵੀ ਅਗਲਾ ਜਾ ਰਿਹਾ ਟੂਰਿਸਟ ਦੇ, ਅਗਰ ਤੁਸੀਂ ਜਦੋਂ ਚਾਹੁੰਦੇ ਹੋ ਤਾਂ ਹੋਟਲ ਬੁਕਿੰਗ ਦੀ ਤੁਹਾਡੀ ਕਨਫਰਮ ਹੋਣੀ ਚਾਹੀਦੀ ਹੈ, ਸੀਟ ਡੰਮੀ ਨਾ ਹੋਵੇ, ਕਨਫਰਮ ਹੋਵੇ 100%, ਅਤੇ ਜਿਹੜੀ ਤੁਹਾਡੀ ਟਿਕਟ ਆ ਉਹ ਰਿਟਰਨ ਹੋਣੀ ਚਾਹੀਦੀ ਹੈ, ਰਾਈਟ। ਔਰ ਜਿਹੜੇ ਜਿਹੜੇ ਡਾਕੂਮੈਂਟੇਸ਼ਨ ਤੁਹਾਡੇ ਲੱਗੇ ਨੇ, ਚਾਹੇ ਟੂਰਿਸਟ ਦੇ ਵਿੱਚ ਤੁਹਾਡਾ ਬਿਜ਼ਨਸ ਸ਼ੋਅ ਕਰੇ ਵੀ ਮੇਰੇ ਕੋਲ ਤਾਂ ਪੈਸਾ ਬਹੁਤ ਹੈ ਜੀ, ਵੀ ਮੈਂ ਤਾਂ ਵਾਪਸ ਆਊਂਗਾ, ਤੁਹਾਨੂੰ ਪਤਾ ਹੋਣਾ ਚਾਹੀਦਾ, ਪਰਪਸ ਆਫ ਟਰੈਵਲ ਜਿਹਨੂੰ ਆਪਾਂ SOP ਕਹਿ ਦਿੰਦੇ, ਸਟੇਟਮੈਂਟ ਆਫ ਪਰਪਸ, ਰਾਈਟ ਹੈ ਨਾ, ਵੀ ਕਿਉਂ ਜਾ ਰਹੇ ਹੋ, ਕਿਹਦੇ ਕੋਲ ਜਾ ਰਹੇ ਹੋ, ਕਿਹਦੇ ਕੋਲ ਜਾ ਰਹੇ ਹੋ, ਤੁਹਾਡਾ ਕੀ ਹੈ। ਏਜੰਟ ਨੇ ਤੁਹਾਡਾ ਰਿਸ਼ਤਾ ਬਣਾਤਾ, ਮਦਰ ਕਿੱਟ 'ਚ ਬੁਲਾ ਲਓ, ਚਾਹੇ ਏਜੰਟ ਦੀ ਸਪੋਂਸਰ ਹੈ, ਚਾਹੇ ਤੁਹਾਡੀ ਸਪੋਂਸਰ ਹੈ ਨਾ, ਉਹਨਾਂ ਨੇ ਕਹਿ ਤਾ ਉਹਦੇ ਵਿੱਚ ਪਟਰਨਲ, ਤੁਸੀਂ ਮਟਰਨਲ ਕਹਿ ਦਿਓ, ਉੱਥੇ ਪ੍ਰੋਬਲਮ ਆ ਬਹੁਤ, ਜਿੱਥੇ ਅੜਕ ਗਏ ਉੱਥੇ ਗੱਲ ਖਤਮ। ਮਦਰ ਕਿੱਟ 'ਤੇ ਅਗਰ ਜਾਂਦੇ ਹੋ, ਕੋਸ਼ਿਸ਼ ਕਰੋ ਕਿ ਮਦਰ ਜਿਹੜਾ ਗਾਰਡੀਅਨ ਹੈ, ਗਾਰਡੀਅਨ ਨੇ ਗੱਲ ਕਰੇ, ਬੱਚਾ ਗੱਲ ਨਾ ਏ ਕਰੇ, ਅਤੇ ਇਹੀ ਚੀਜ਼ ਹੈ। ਸੋ ਪ੍ਰੋਪਰ ਪਲਾਨ ਹੁੰਦਾ, ਜਿੰਨੇ ਦਿਨਾਂ ਦਾ ਤੁਸੀਂ ਜਾ ਰਹੇ ਹੋ ਤੁਹਾਨੂੰ ਪ੍ਰੋਪਰ ਡਾਕੂਮੈਂਟੇਸ਼ਨ ਦਾ ਪਤਾ ਹੋਵੇ, ਕੀ ਤੁਹਾਡਾ ਬਿਜ਼ਨਸ ਸ਼ੋਅ ਕਰ ਰਿਹਾ, ਬਿਜ਼ਨਸ ਤੁਹਾਡਾ ਕੋਈ ਹੋਰ ਸ਼ੋਅ ਕਰ ਰਿਹਾ, ITR ਕਿਸੇ ਹੋਰ ਚੀਜ਼ ਦੀ ਭਰੀ ਹੈ, ਤਾਂ ਉੱਥੇ ਪ੍ਰੋਬਲਮ ਬਹੁਤ ਆਉਂਦੀ ਹੈ। ਤਾਂ ਇਹ ਚੀਜ਼ਾਂ ਨੇ ਬਹੁਤ ਜ਼ਰੂਰੀ ਨੇ। ਸੋ ਇਹ ਡਰਨ ਦੀ ਕੋਈ ਲੋੜ ਨਹੀਂ ਹੈਗੀ ਵੀ ਡਿਪੋਰਟ ਹੋਣ ਲੱਗ ਗਏ, ਤਾਂ ਇਹ ਚੀਜ਼ਾਂ ਕਰਕੇ ਡਿਪੋਰਟ ਹੋਣ ਲੱਗ ਜਾਂਦੇ ਨੇ, ਚਾਹੇ ਤੁਹਾਡੀ ਡਾਕੂਮੈਂਟੇਸ਼ਨ ਜੈਨੂਅਨ ਹੈ, ਚਾਹੇ ਫੇਕ ਹੈ, ਚਾਹੇ ਤੁਸੀਂ ਵਿਜ਼ਟਰ 'ਤੇ ਵਾਕਈ ਹੀ ਆਪਣੇ ਸਕੇ ਭੈਣ ਭਰਾ ਕੋਲ ਜਾ ਰਹੇ ਹੋ, ਤੁਹਾਨੂੰ ਡਾਕੂਮੈਂਟੇਸ਼ਨ ਦਾ ਪਤਾ ਹੋਣਾ ਚਾਹੀਦਾ, ਤੁਹਾਡੇ ਏਜੰਟ ਨੇ ਕਿਹੜੇ ਡਾਕੂਮੈਂਟੇਸ਼ਨ ਲਗਾਏ ਨੇ, ਤਾਂ ਕਿ ਤੁਸੀਂ ਡਿਪੋਰਟ ਹੋਣ ਤੋਂ ਬਚੋ, ਤੁਸੀਂ ਗੜਬੜ ਤੋਂ ਬਚੋ। ਬਾਕੀ ਜੋ ਵੀ ਤੁਹਾਡੇ ਮਨ 'ਚ ਡਾਊਟ ਆਉਂਦਾ ਤਾਂ ਨੀਚੇ ਕਮੈਂਟ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ। ਬਾਕੀ ਨੈਕਸਟ ਵੀਡੀਓ 'ਚ ਗੱਲ ਕਰਾਂਗੇ, ਟਿਲ ਦੈਨ ਟੇਕ ਕੇਅਰ, ਗੁੱਡ ਬਾਏ, ਰੱਬ ਰੱਖਾ।